ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਤੁਹਾਡਾ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਪਿਆ 2 ਤੇ ਤੇ ਭਾਈ ਜੀ ਜੇ ਕਿਸੇ ਨੇ ਕੋਈ ਵੀ ਐਡ ਲਵਾਉਣੀ ਹੋਵੇ ਖੇਤੀਬਾੜੀ ਵਾਲੇ ਸੰਦਾਂ ਦੇ ਤਹਿਤ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਲ ਤਵੀਆਂ ਦਾਸਕ ਫੋਟੋਆਂ ਭੇਜ ਕੇ ਤੁਸੀਂ ਫ੍ਰੀ ਦੇ ਵਿੱਚ ਐਡ ਲਵਾ ਸਕਦੇ ਹੋ ਸਾਡੇ ਹੈਲਪਿੰਗ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਹੇ ਨੇ ਕੋਈ ਵੀ ਯਾਨੀ ਕਿ ਐਡ ਲੱਗ ਜੂਗੀ ਵੀਰੇ ਕਿਸੇ ਐਸੈਸਰੀ ਵਗੈਰਾ ਦੀ ਜੇ ਕਿਸੇ ਪ੍ਰੋਡਕਟਰ ਦਾ ਰਿਵਿਊ ਕਰਨਾ ਤੇ ਉਹਦੇ ਵਾਸਤੇ ਵੀਰੇ ਈਮੇਲ ਐਡਰੈਸ ਮੇਰਾ ਦਿੱਤਾ ਹੋਊਗਾ ਤੇ ਉਤ ਤੁਸੀ ਭੇਜ ਕੇ ਸਪਾਂਸਰਸ਼ਿਪ ਲੈ ਸਕਦੇ ਹੋ ਯਾਨੀ ਕਿ ਸਪਾਂਸਰਸ਼ਿਪ ਦੇ ਪੈਸੇ ਲੱਗਦੇ ਬਾਈ ਜੀ ਲੱਗ ਵਿਊਜ਼ ਦੇ ਸਾਈਡ ਤੇ ਲੱਗਦੇ ਹੁੰਦੇ ਆ ਤੇ ਜੇ ਕਿਸੇ ਸਪਾਂਸਰਸ਼ਿਪ ਕਰਾਉਣੀ ਹੋਵੇ ਬਾਈ ਜੀ ਉਹ ਵੀ ਲੱਗ ਜੂਗੀ ਸਪਾਂਸਰਸ਼ਿਪ ਵੀ ਕਰ ਦਿੰਨੇ ਆ ਅਸੀਂ ਤੇ ਅੱਜ ਬਾਈ ਜੀ ਸੇਲ ਦੇ ਵਿੱਚ ਲੈ ਕੇ ਆਇਆ ਸੋਨਾ ਲੀਕਾ 753 i ਮਾਡਲ ਦੀ ਗੱਲ ਕਰੀਏ 2005 ਮਾਡਲ ਟਰੈਕਟਰ ਆ ਪੂਰਾ ਸਾਫ਼ ਸੰਭਾਈ ਦੇ ਵਿੱਚ ਰੱਖਿਆ ਆ ਮਾਲਕਾਂ ਦਾ ਤੇ ਜੰਗ ਪੇਂਟ ਦੀ ਗੱਲ ਕਰੀਏ ਬਾਈ ਜੀ ਰਹਿ ਜਣਾ ਰੰਗ ਪੇਂਟ ਐ ਨਾ ਯਾਨੀ ਕਿ ਲਿਸ਼ਕਾ ਮਾਰਦਾ ਰੰਗ ਪੇਂਟ ਤੇ ਯਾਨੀ ਕਿ ਕੋਈ ਡੈਂਟਿੰਗ ਪੇਂਟਿੰਗ ਨਹੀਂ ਹੈਗੀਗੀ ਨਾ ਕੋਈ ਡੈਂਟ ਵਗੈਰਾ ਹੈਗਾ ਨਾ ਕਿਤੇ ਪੇਂਟ ਵਗੈਰਾ ਹੋਇਆ ਵਾ ਬੂਲੇ ਟਾਇਰਾਂ ਦੇ ਮਗਰਾੜ ਚੜੇ ਹੋਏ ਟਰੈਕਟਰ ਦੇ ਤੇ ਸਾਈਡ ਸ਼ਿਫਟਿੰਗ ਗੇਅਰਬਾਕਸ ਹੈ ਇਹਦੇ ਯਾਨੀ ਕਿ ਸਾਈਡ ਗੇਅਰ ਟਰੈਕਟਰ ਬਾਕੀ ਸੋਨਾ ਲੀਕਾ ਪਏ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਬਹੁਤ ਵਧੀਆ ਟਰੈਕਟਰ ਹੈ ਇਹ ਕੋਈ ਯਾਨੀ ਕੀ ਕੰਮ ਵਗੈਰਾ ਰਿਪੇਅਰ ਵਗੈਰਾ ਛੇਤੀ ਨਹੀਂ ਭਾਲਦੇ ਹੁੰਦੇ ਇਹ ਜੇ ਬੰਦਾ ਸਹੀ ਹੋਵੇ ਚਲਾਉਣ ਵਾਲਾ ਬੰਦਾ ਸਹੀ ਹੋਣਾ ਚਾਹੀਦਾ ਹਮੇਸ਼ਾ ਤੇ ਟਾਇਰਾਂ ਦੀ ਗੱਲ ਕਰੀਏ ਅੱਧੇ ਟਾਇਰ ਪਏ ਨੇ ਤੇ ਹਰਿਆਣਾ ਨੰਬਰ ਆ ਮੇਨ ਗੱਲ ਕੀ ਹਰਿਆਣਾ ਨੰਬਰ ਐ ਐਨਓਸੀ ਦਿੱਤੀ ਜਾਊਗੀ ਬਾਕੀ ਜਿਹੜੀ ਗੱਲ ਆ ਵੀਰੇ ਮਾਲਕਾਂ ਨਾਲ ਖੁਦ ਆਪ ਕਰ ਲੋ ਸੋਨੂੰ ਸਾਰੀ ਡਿਟੇਲ ਦੱਸ ਦੇਣਗੇ ਟਰੈਕਟਰ ਵਗੈਰੇ ਕਿ ਇੰਜਨ ਵਗੈਰਾ ਕਿਵੇਂ ਆ ਬਾਕੀ ਤਾਂ ਵਧੀਆ ਪਿਆ ਇੰਜਨ ਵਗੈਰਾ ਮਗਰ ਲੇ ਸਗੀਰ ਬੱਸਾ ਕੋਈ ਕੰਮ ਨਹੀਂ ਭਾਲਦਾਗਾ ਟਰੈਕਟਰ ਤੇ ਸਾਰਾ Ориジナル ਆ ਤੇ ਪਿੰਡ ਦੀ ਗੱਲ ਕਰੀਏ ਵੀਰੇ ਲਾਲਬਾਈ ਨੀਅਰ ਗਿੱਦੜ ਬਹਾ ਮੰਡੀ ਆ ਡੈਸਟਿਕ ਮੁਖਸਰ ਸਾਹਿਬ ਉੱਥੇ ਟਰੈਕਟਰ ਖੜਾ ਆ ਇਹ ਜਿਹਨੇ ਵੀ ਯਾਨਕੀ ਵੇਖਣ ਟਰੈਕਟਰ ਉੱਥੇ ਜਾ ਕੇ ਜਾਂ ਮਾਲਕਾਂ ਨੂੰ ਫੋਨ ਕਰ ਲਿਓ ਪਹਿਲਾਂ ਪੂਰੀ ਡਿਟੇਲ ਪੁੱਛ ਲਿਓ ਤੇ ਉੱਥੇ ਜਾ ਕੇ ਪੂਰਾ ਟਰੈਕਟਰ ਦੇ ਬਾਰੇ ਤੁਸੀਂ ਸਾਰੀਆਂ ਚੀਜ਼ਾਂ ਪੁੱਛ ਸਕਦੇ ਹੋ ਇੱਕ ਬਾਈ ਜੀ ਜੇ ਕਿਸੇ ਕੋਲੇ ਵੀ ਜਾਣਾ ਯਾਰ ਪਹਿਲਾਂ ਜਰੂਰ ਅਗਲੇ ਨੂੰ ਫੋਨ ਕਰਕੇ ਜਾਇਆ ਕਰੋ ਠੀਕ ਆ ਕਈ ਆਨੇ ਫੋਨ ਨਹੀਂ ਕਰਦੇ ਸਿੱਧਾ ਜਾਵੜਿੰਦੇ ਐ ਅਗਲਾ ਘਰ ਹੀ ਨਹੀਂ ਹੁੰਦਾ ਫਿਰ ਮੁੜ ਕੇ ਆਉਣਾ ਪੈਂਦਾ ਵਾ ਸੋ ਪਲੀਜ਼ ਯਾਨੀ ਕਿ ਇਹ ਕੰਮ ਕਰਿਆ ਕਰੋ ਕਿ ਪੂਰਾ ਜਾਇਆ ਕਰੋ ਪਤਾ ਯਾਨੀ ਕਿ ਪੁੱਛ ਕੇ ਤੇ ਸੌਰੀ ਬਾਈ ਜੀ ਜੇ ਵੀਡੀਓ ਦੀ ਕੁਆਲਿਟੀ ਸਾਊਂਡ ਦੀ ਕੁਆਲਿਟੀ ਬੜੀ ਖਰਾਬ ਆ ਰਹੀ ਆ ਕਿਉਂਕਿ ਬਾਈ ਜੀ ਸਟਾਰਟਿੰਗ ਆ ਸਟਾਰਟਿੰਗ ਵਿੱਚ ਬਾਈ ਸਾਰਿਆਂ ਦਾ ਹੀ ਆਈ ਹੁੰਦਾ ਹੁੰਦਾ ਵਾ ਪਰ ਇੰਨੀ ਗੱਲ ਆ ਕਿ ਜਿਹੜੀ ਸਰਵਿਸ ਆ ਉਹ ਪੂਰੀ ਯਾਨਕੀ ਵਧੀਆ ਦਿੱਤੀ ਜਾਂਦੀ ਆ ਦੂਜੇ ਯੂਟਿਊਬਰਸ ਨਾਲੋਂ ਠੀਕ ਹੈ ਜੀ ਹਰ ਇੱਕ ਰੀ ਜਿੰਨਾ ਜਿੰਨੇ ਦਿਨ ਬਾਈ ਜੀ ਦਿੱਤੇ ਗਏ ਨੇ ਉਸੇ ਦਿਨ ਹੀ ਸੋਡੀ ਐਡ ਪਊਗੀ ਜੇ ਕੋਈ ਗਾਂ ਪਸ਼ਾ ਯਾਨਕੀ ਅਗਲੇ ਕਿਸੇ ਦੀ ਚੀਜ਼ ਕੋਈ ਵਹਿ ਗਈ ਤਾਂ ਗਾਂ ਪਸ਼ਾ ਵੀ ਹੋ ਜਾਂਦੀ ਆ ਠੀਕ ਹੈ ਮੇਰੇ ਵੀਰੋ ਸੋ ਗੁੱਸਾ ਨਾ ਕਰਿਆ ਕਰੋ ਕਿ ਸਾਡੀ ਐਡ ਨਹੀਂ ਲਾਈ ਇਹਦੀ ਲਾਤੀ ਉਹ ਜਾਓ ਤੇ ਇੱਕ ਬਾਈ ਜੀ ਮਾੜਾ ਇਹ ਕਮੈਂਟਾਂ ਦੇ ਵਿੱਚ ਜਿਹੜੇ ਕਮੈਂਟਾਂ ਵਾਲੇ ਸ਼ੇਰ ਬਣਦੇ ਹੁੰਦੇ ਕਿਰਪਾ ਕਰਕੇ ਉਹ ਨਾ ਬਣਿਆ ਕਰੋ ਵੈਸੇ ਕਹਿਣਾ ਤਾਂ ਚੰਗਾ ਨਹੀਂ ਲੱਗਦਾ ਪਰ ਕਹਿਣਾ ਪੈਂਦਾ ਕਿ ਕਿਹੜੀ ਵਾਰ ਕਿਉਂਕਿ ਮੈਨੂੰ ਪਤਾ ਆ ਵੀ ਉਹੋ ਜਿਹੇ ਬੰਦੇ ਹੀ ਡਿਸਲਾਈਕ ਕਰਦੇ ਆ ਵੀਡੀਓ ਨੂੰ ਚਲੋ ਉਹਨਾਂ ਦੀ ਅਗਲੀ ਦੀ ਮਰਜ਼ੀ ਆ ਡਿਸਲਾਈਕ ਕਰਨ ਡਿਸਲਾਈਕ ਕਰਨ ਲਾਈਕ ਕਰਨ ਲਾਈਕ ਕਰਨ ਤੇ ਉਹ ਅਗਲੇ ਦੀ ਮਰਜ਼ੀ ਆ ਬਾਈ ਜੀ ਤੁਹਾਨੂੰ ਪਤਾ ਅਗਲੇ ਦੀ ਸੋਚ ਨੂੰ ਕੋਈ ਵੀ ਯਾਨੀ ਕਿ ਕਰ ਨਹੀਂ ਸਕਦਾ ਹੈਗਾ ਤੇ ਇੱਕ ਬਾਈ ਜੀ ਜੇ ਥੋੜੇ ਜਿਆਦੇ ਦਿਨ ਹੋ ਜਾਂਦੇ ਆ ਯਾਨੀ ਕਿ ਐਡ ਪਾਈ ਹੋਈ ਨੂੰ ਸੋ ਇਹ ਕੰਮ ਕਰਿਆ ਕਰੋ ਫੋਨ ਲਾ ਕੇ ਇੱਕ ਵਾਰ ਪੁੱਛ ਜ਼ਰੂਰ ਲਿਆ ਕਰੋ ਆਏ ਨਾ ਕਿਆ ਕਰੋ ਕਿ ਭਈ ਉਹ ਆ ਜਾਓ ਯਾਰ ਟਾਈਮ ਕਾਫੀ ਹੋ ਗਿਆ ਵੈਗ ਗਿਆ ਹੋਊਗਾ ਕਿ ਕਿੰਨੀ ਵਾਰ ਚੀਜ਼ ਨਹੀਂ ਵਿਖਦੀ ਹੁੰਦੀ ਤੇ ਡਿਮਾਂਡ ਦੀ ਗੱਲ ਕਰੀਏ 2 ਲੱਖ ਤੇ 65000 ਰੁਪਇਆ ਮਾਲਕਾਂ ਦੀ ਡਿਮਾਂਡ ਆ ਨੰਬਰ ਸਕਰੀਨ ਦੇਖਦੇ ਸ਼ੋ ਹੋ ਰਹੇ ਨੇ ਫੋਨ ਲਾ ਕੇ ਕੰਪਲੀਟ ਡਿਟੇਲ ਇਹ ਪਾ ਸਕਦੇ ਹੋ ਤੁਸੀਂ ਬਾਕੀ ਹੋਰ ਕੁਝ ਵੀ ਟਰੈਕਟਰਾਂ ਦੀਆਂ ਫੋਟੋ ਵਗੈਰਾ ਲੈਣੀ ਹੈ ਮਾਲਕਾਂ ਨੂੰ ਫੋਨ ਕਰਕੇ ਗੱਲ ਕਰ ਸਕਦੇ ਹੋ ਸੋ ਧੰਨਵਾਦ ਬਾਈ ਜੀ ਵੀਡੀਓ ਪੂਰੀ ਵੇਖਣ ਦੇ ਲਈ